ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਇੱਥੇ ਫੇਸਬੁੱਕ ਦੀ ਨਹੀਂ ਸੌਰੀ ਆਪਣੇ YouTube ਦੀ ਆਈਡੀ ਦੇ ਉੱਪਰ ਸਾਡੀ ਵੀਡੀਓ ਦੇ ਉੱਪਰ ਕਾਫੀ ਕਮੈਂਟਸ ਜਿਹੜੇ ਆਏ ਪਹਿਲੀ ਲਾਸਟ ਵਾਲੀ ਦੇ ਵਿੱਚ ਵੀ ਮੈਂ ਦੱਸਿਆ ਵੀ ਸੀ ਕਿ ਇੱਕ ਆਈਡੀ ਹੈ ਜਿਹੜੀ ਉਹਨੇ ਕੀ ਬਕਵਾਸ ਕੀਤਾ ਹੋਇਆ ਇਸ ਤਰ੍ਹਾਂ ਉਹ ਬਲੈਕ ਹੈਟ ਸਲੋਕ ਨੇ ਜਿਹੜੇ ਆ ਕਿ ਇਸ ਗੱਲ ਨੂੰ ਸੱਚੀ ਗੱਲ ਨੂੰ ਸੁਣਨਾ ਨਹੀਂ ਚਾਹੁੰਦੇ ਅੱਜ ਹੁਣੇ ਮੈਂ ਦੇਖਿਆ ਤੇ ਦੋ ਕਮੈਂਟਸ ਆਏ ਹੋਏ ਸੀ ਮੇਥੋਂ ਉਹ ਡਿਲੀਟ ਹੋ ਚੁੱਕਿਆ ਵੈਸੇ ਬਾਈ ਮਿਸਟੇਕ ਮੈਂ ਡਿਲੀਟ ਨਹੀਂ ਕਰਨ ਵਾਲਾ ਸੀ ਬੜਾ ਗੰਦ ਲਿਖਿਆ ਹੋਰ ਬਹੁਤ ਬਕਵਾਸ ਕਰਨ ਤੋਂ ਬਾਅਦ ਉਸਨੇ ਇਹ ਲਿਖਿਆ ਕਿ ਕੈਨੇਡਾ ਅਮਰੀਕਾ ਵਿੱਚ ਬੈਠ ਕੇ ਯਾਦੀ ਦੀ ਗੱਲ ਕਰਦੇ ਆਂ ਹਿੰਦੁਸਤਾਨ ਆ ਕੇ ਦਿਖਾਓ ਤੇ ਫਿਰ ਤੁਹਾਨੂੰ ਦੇਖਾਂਗੇ ਦੇਖੋ ਗੱਲ ਇਹ ਆ ਵੀ ਤੁਹਾਡਾ ਪਿਓ ਤੁਹਾਡਾ ਗਾਂਧੀ ਜਿਹੜਾ ਬੱਕਰੀ ਨਾਲ ਵੀ ਉਹਦਾ ਲਵ ਚੱਲਦਾ ਸੀ ਤੇ ਬਾਡੀ ਬਿਲਡਰ ਨਾਲ ਜਰਮਨ ਦੇ ਨਾਲ ਵੀ ਚੱਲਦਾ ਸੀ ਆਪਣੀ ਨੀਸ ਨੂੰ ਜਿਹੜੀ ਐਕਟੀਨੇਚਰ ਸੀ ਉਹਦੇ ਨਾਲ ਕੀ ਕੁਸ਼ ਕੀਤਾ ਤੁਹਾਡੇ ਪਿਤਾ ਨੇ ਤੇ ਤੁਹਾਡਾ ਕਰੈਕਟਰ ਵੀ ਉਹਦੇ ਵਰਗਾ ਹੀ ਹੋਣਾ ਇਸ ਕਰਕੇ ਹੋਈਆਂ ਗੱਲਾਂ ਤੁਸੀਂ ਆ ਕੇ ਲਿਖਦੇ ਆ ਉਹ ਵੀ ਆਜ਼ਾਦੀ ਤੋਂ ਪਹਿਲਾਂ ਅਫਰੀਕਾ ਦੇ ਵਿੱਚ ਬੈਠਾ ਸੀ ਔਰ ਉਹਦਾ ਕਰਦਾਰ ਅਸੀਂ ਸਾਰੇ ਜਾਣਦੇ ਆ ਤੇ ਉਹਦੇ ਬਾਲ ਬੱਚੇ ਤੁਸੀਂ ਤੁਹਾਡਾ ਕਰਦਾਰ ਸਾਨੂੰ ਆਪਣੇ ਪਤਾ ਲੱਗ ਜਾਂਦਾ ਸੋ ਵੀ ਆਰ ਅ ਕੈਨੇਡੀਅਨ ਪ੍ਰਾਊਡ ਟੂ ਬੀ ਕੈਨੇਡੀਅਨ ਅਸੀਂ ਆਪਣੇ ਦੇਸ਼ ਵਿੱਚ ਬੈਠੇ ਆਂ ਔਰ ਜਿਹੜੀ ਤੁਸੀਂ ਧਮਕੀ ਦੇ ਰਹੇ ਆ ਇਹ ਸਿੱਧ ਕਰਦੀ ਹੈ ਕਿ ਜੋ ਅਸੀਂ ਕਹਿੰਨੇ ਆ ਕਿਸ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਹਰ ਇੱਕ ਬੋਲਣ ਵਾਲੇ ਦਾ ਫੇਕ ਇਨਕਾਉਂਟਰ ਬਣਾਇਆ ਜਾਂਦਾ ਉਸ ਨੂੰ ਮਾਰਿਆ ਜਾਂਦਾ ਕਿਵੇਂ ਧਮਕੀਆਂ ਦਿੱਤੀਆਂ ਜਾਂਦੀਆਂ ਜਿਸ ਤਰ੍ਹਾਂ ਤੁਸੀਂ ਆਲਰੇਡੀ ਲਿਖਿਆ ਹੀ ਹੈ ਇਹ ਸਿੱਧ ਕਰਦੀ ਹੈ ਉਹ ਗੱਲ ਸਾਡੀ ਬਿਲਕੁਲ ਸੱਚੀ ਹੈ ਉਹ ਕੋਈ ਉੱਥੇ ਕੋਈ ਡੈਮੋਕ੍ਰੇਸੀ ਨਾ ਦੀ ਕੋਈ ਚਿੜੀਆ ਨਹੀਂ ਹੈ ਹਿੰਦੁਸਤਾਨ ਇਜ਼ ਅ ਹਿੰਦੂ ਕਿੰਗਡਮ ਉਹ ਤੁਹਾਡੇ ਹੱਥ ਵਿੱਚ ਹੈ ਤੁਸੀਂ ਉੱਥੇ ਲੋਕਾਂ ਦਾ ਕਤਲ ਕੀਤਾ ਔਰ ਹੁਣ ਵੀ ਕਰਨ ਦੀਆਂ ਧਮਕੀਆਂ ਦੇ ਰਹੇ ਆ ਉਹ ਜੇ ਲੋਕ ਕਹਿੰਦੇ ਜੀ ਉੱਥੇ ਹਿੰਦੁਸਤਾਨ ਦੇ ਵਿੱਚ ਲੋਕ ਨਹੀਂ ਬੋਲਦੇ ਤੁਸੀਂ ਬੋਲਣ ਦੇਵੋਗੇ ਨਹੀਂ ਤੁਸੀਂ ਤਾਂ ਬਾਹਰਲੇ ਲੋਕਾਂ ਨੂੰ ਧੁਖੀਆਂ ਦੇ ਰਹੇ ਆ ਕਿ ਇੱਥੇ ਆ ਕੇ ਗੱਲ ਕਰਕੇ ਦੇਖੋ ਤੇ ਹਿੰਦੁਸਤਾਨ ਦੇ ਵਿੱਚ ਪਤਨ ਤੁਸੀਂ ਜਿਹੜਾ ਬੰਦਾ ਗੱਲ ਕਰਦਾ ਹੋ ਕਿੰਨਾ ਕੁ ਉਸ ਢੰਗ ਨਾਲ ਕਤਲ ਕਰਦੇ ਹੋਵੋਗੇ ਮੈਂ ਗੱਲ ਪੁਆਇੰਟ ਤੇ ਜਾਣਾ ਅਸੀਂ ਕੈਨੇਡੀਅਨ ਲੋਕ ਆ ਸਾਡਾ ਦੇਸ਼ ਤੇ ਸਾਨੂੰ ਮਾਣ ਆ ਅਸੀਂ ਤਾਂ ਆਪਣੇ ਦੇਸ਼ ਵਿੱਚ ਬੈਠ ਕੇ ਗੱਲ ਇਸੇ ਤਰ੍ਹਾਂ ਹੀ ਕਰਾਂਗੇ ਪਰ ਜੇ ਤੁਹਾਨੂੰ ਇੰਨਾ ਹੀ ਹੰਕਾਰ ਆ ਔਰ ਤੁਸੀਂ ਇਹ ਮਾਰਨਾ ਚਾਹੁੰਦੇ ਆ ਜਾਂ ਫੇਕ ਐਨਕਾਊਂਟਰ ਜੋ ਵੀ ਕਰਨਾ ਚਾਹੁੰਦੇ ਆ ਇਹ ਜਿਹੜੀਆਂ ਧੰਪੀਆਂ ਤੁਸੀਂ ਬੁੜੀਆਂ ਦੀਆਂ ਤਰ੍ਹਾਂ ਆਪਣੇ ਤੁਹਾਡਾ ਵੈਸੇ ਦਾ ਕੀ ਕਹਾਂ ਸਾਡਾ ਹੈ ਹੀ ਸਾਰਾ ਕਲਚਰ ਹੀ ਬੁੜੀਆਂ ਦਾ ਤੁਸੀਂ ਲਿਖ ਲਿਖ ਕੇ ਨਾ ਦੇਵੋ ਤੁਹਾਨੂੰ ਜੇ ਕੋਈ ਇਦਾਂ ਦੀ ਗੱਲਬਾਤ ਸਾਡੀ ਆਵਾਜ਼ ਉਸੇ ਬੰਦ ਕਰਨਾ ਚਾਹੁੰਦੇ ਆ ਤੇ ਕੈਨੇਡਾ ਆ ਜਾਓ ਕੈਨੇਡਾ ਆ ਕੇ ਫਿਰ ਦੇਖ ਲਓ ਕਿਸ ਤਰ੍ਹਾਂ ਆਵਾਜ਼ ਬੰਦ ਹੁੰਦੀ ਹੈ ਔਰ ਇਹੋ ਜੀਆਂ ਗਿੱਦੜਪੋਕੀਆਂ ਜਿਹੜੀਆਂ ਬੁੜੀਆਂ ਵਾਲੇ ਕੰਮ ਕਰਨੇ ਬੰਦ ਕਰੋ ਜੇ ਤੁਸੀਂ ਸੱਚ ਸੁਣ ਨਹੀਂ ਸਕਦੇ ਸੱਚ ਬੋਲ ਨਹੀਂ ਸਕਦੇ ਅੱ ਤਾਂ ਤੁਸੀਂ ਮੇਰਾ ਖਿਆਲ ਅਕੰਨਾ ਚੰਗਲਾਂ ਦੇ ਲਿਆ ਕਰੋ ਕਿਉਂਕਿ ਸਾਡੇ ਤਾਂ ਗੁਰੂ ਸਾਹਿਬ ਨੇ ਸੱਚ ਬੋਲਣਾ ਸੱਚ ਸੋਲਣਾ ਸਿਖਾਇਆ ਤੇ ਅਸੀਂ ਤਾਂ ਸੱਚ ਬੋਲਦੇ ਹੀ ਰਹਿਣਾ ਔਰ ਇਹ ਗੁਰੂ ਸਾਹਿਬ ਦੀ ਹੋਈ ਕਿਰਪਾ ਹੈ ਕਿ ਸਿੱਖ ਕੌਮ 22 ਮਿਲੀਅਨ ਦੇ ਵਿੱਚੋਂ 5-6 ਮਿਲੀਅਨ ਬਾਹਰਲੇ ਕੰਟਰੀਆਂ ਵਿੱਚ ਬੈਠੀ ਹੈ ਤੁਸੀਂ ਤਾਂ ਪੂਰਾ ਤਹਈਆ ਕੀਤਾ ਹੋਇਆ ਸੀ ਖਤਮ ਕਰਨ ਦਾ ਾਰੇ ਗੁਰੂ ਸਾਹਿਬ ਦੀ ਕੌਮ ਕਦੇ ਖਤਮ ਨਾ ਹੋਈ ਹੈ ਤੇ ਨਾ ਹੋਣੀ ਹੈ ਤੁਸੀਂ ਉਹ ਲੋਕਾਂ ਜਿਹੜੇ ਆਪਣੀ ਆ ਹੋਣ ਦੀ ਬੇਇੱਜ਼ਤੀ ਨੂੰ ਇੱਕ ਪ੍ਰਾਊਡ ਬਣਾ ਲੈਨੇ ਆ ਜਦੋਂ ਹਿੰਦੁਸਤਾਨ ਗੁਲਾਮ ਸੀ ਤੁਹਾਨੂੰ ਲਾਲਾ ਜੀ ਗੁਲਾਮ ਨੂੰ ਕਿਹਾ ਜਾਂਦਾ ਹੈ ਇੱਕ ਬਾਸ਼ਾ ਦੇ ਵਿੱਚ ਤੇ ਤੁਹਾਨੂੰ ਉਹ ਲੋਕ ਜਿਨ੍ਹਾਂ ਦੇ ਤੁਸੀਂ ਗੁਲਾਮ ਸੀ ਲਾਲਾ ਜੀ ਕਹਿ ਕੇ ਗੁਲਾਮ ਕਹਿ ਕੇ ਬੁਲਾਉਂਦੇ ਸੀ ਤੁਹਾਡੀ ਬੇਇੱਜ਼ਤੀ ਕਰ ਲਈ ਤੇ ਤੁਸੀਂ ਸਾਰੇ ਇੱਕ ਦੂਜੇ ਨੂੰ ਲਾਲਾ ਜੀ ਲਾਲਾ ਜੀ ਕਹਿਣ ਲੱਗੇ ਇੱਕ ਬਾਸ਼ਾ ਦੇ ਵਿੱਚ ਹਿੰਦੂ ਦਾ ਸ਼ਬਦ ਚੋਰ ਹੈ ਤੇ ਤੁਸੀਂ ਸਾਰਾ ਕੁਝ ਚਲੋ ਉਧਰ ਨੂੰ ਮੈਂ ਨਹੀਂ ਜਾਂਦਾ ਤੁਸੀਂ ਆਪਣਾ ਜੋ ਮਰਜ਼ੀ ਕਰੋ ਚਾਹੇ ਡੱਕਿਆਂ ਨਾਲ ਬੱਚਾ ਪੈਦਾ ਕਰ ਲੋ ਕਿਸੇ ਤੁਹਾਡੇ ਧਾਰਮਿਕ ਪੁਸਤਕ ਵਿੱਚ ਲਿਖਿਆ ਹੋਵੇ ਚਾਹੇ ਤੁਸੀਂ ਇਹ ਕਹੋ ਜੀ ਉੱਥੇ ਪੁਲ ਬਣਾਇਆ ਸੀ ਤੁਹਾਡੇ ਆਪਣੇ ਦੇਸ਼ ਮੰਨਣ ਲਈ ਤਿਆਰ ਨਹੀਂ ਆਰਾਮ ਸੇਤੂ ਦੇ ਰੌਲੇ ਝਗੜੇ ਉਹ ਤੁਹਾਡੇ ਆ ਜੋ ਮਰਜ਼ੀ ਕਰੋ ਪਰ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਵੀ ਦੇਸ਼ ਦੇ ਬੰਦੇ ਨੂੰ ਫ੍ਰੀडम ਟੂ ਸਪੀਚ ਜਿਹੜਾ ਸਾਡਾ ਰਾਈਟ ਹੈ ਉਸ ਦੇ ਉੱਪਰ ਆ ਕੇ ਹੋਰ ਜਿਹੇ ਕਮੈਂਟਸ ਦੇਣ ਦਾ ਔਰ ਜਿਹੜੇ ਤੁਸੀਂ ਇਹ ਧਮਕੀਆਂ ਦਿੰਦੇ ਆ ਇਹ ਧਮਕੀਆਂ ਧੂੰਕੀਆਂ ਆਪਣੇ ਛੱਗਾਂ ਝੋਪਣੀਆਂ ਵਾਲੇ ਇਸ ਕੰਟਰੀ ਦੇ ਵਿੱਚ ਹੀ ਰੱਖੋ ਸਾਨੂੰ ਦੇਣ ਦੀ ਕੋਈ ਲੋੜ ਨਹੀਂ ਹੈ ਔਰ ਬੁੰਦੀਆਂ ਬੁੜੀਆਂ ਵਾਲੇ ਕੰਮ ਬੰਦ ਕਰੋ ਅਗਰ ਕੋਈ ਇਦਾਂ ਦਾ ਕੰਮ ਕਰਨਾ ਹੈ ਤੇ ਸਾਡੇ ਕੈਨੇਡਾ ਦੇ ਵਿੱਚ ਆ ਕੇ ਜੋ ਕਰ ਸਕਦੇ ਆ ਤੁਸੀਂ ਕਰੋ ਔਰ ਅਸੀਂ ਇਹ ਤੁਹਾਨੂੰ ਖੁੱਲਾ ਚੈਲੰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ